ਸਤਿਯੁਗ ਸੱਤ ਤੇਤੇ ਜੱਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਦ੍ਰਿੜੇ ਕਲ ਕੇਵਲ ਨਾਮ ਆਧਾਰ ਚਲੋ ਕਾਲ ਦੇ ਵਿੱਚ ਨਾਮ ਦੇ ਆਸਰੇ ਸ੍ਰੀ ਕਲਿਆਣ ਹੈ ਨਾਮ ਸਿਮਰਨ ਭਾਵੇਂ ਇਸਦੀਆਂ ਜੁਗਤੀਆਂ ਉੱਪਰੀਆਂ ਬਹੁਤ ਸਾਰੀਆਂ ਗੁਰੂ ਜੀ ਨੇ ਬਾਣੀ ਵਿੱਚ ਦੱਸੀਆਂ ਹਨ ਪਰ ਸਿਮਰਨ ਦੇ ਆਸਰੇ ਇਸ ਫੈਨ ਹੀ ਮਨ ਦੀ ਇਕਾਗਰਤਾ ਸ਼ੁੱਧੀ ਦੁਆਰਾ ਤੱਤ ਗਿਆਨ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਔਰ ਸਰੀਰ ਤਿਆਗੇ ਤੋਂ ਬਾਅਦ ਵਧੇ ਮੋਕਸ਼ ਦੀ ਪ੍ਰਾਪਤੀ ਕਰ ਸਕਦਾ ਹੈ ਸਾਰੇ ਦੁੱਖਾਂ ਤੋਂ ਬਰੀ ਹੋ ਸਕਦਾ ਹੈ ਸ਼ੋਕ ਦੀ ਲੋੜ ਹੈ ਪ੍ਰੇਮ ਦੀ ਲੋੜ ਹੈ ਵਿਸ਼ਵਾਸ ਤੇ ਗੁਰੂ ਜੀ ਨੇ ਇਹ ਕਲਯੁਗੀ ਜੀਵਾਂ ਦੇ ਵਾਸਤੇ ਸਾਡੇ ਤੇ ਉਪਕਾਰ ਕੀਤਾ ਸੌਖਾ ਸਾਧਨ ਸਾਨੂੰ ਗੁਰਮੁਖ ਨਾਮ ਦਾਨ ਇਸ਼ਨਾਨ ਦੱਸਿਆ ਤੋ ਭਾਵੇਂ ਰਾਜਾ ਔਰ ਅਹਿਲਕਾਰ ਅਹਿਲਕਾਰਾਂ ਤੋਂ ਬਿਨਾਂ ਰਾਜਾ ਕੁਛ ਮਿਹਨੇ ਨਹੀਂ ਰੱਖਦਾ ਰਾਜਾ ਤੋਂ ਬਿਨਾਂ ਅਹਿਲਕਾਰਾਂ ਦੀ ਕੁਛ ਰੁਕਤ ਨਹੀਂ ਹੋਇਆ ਕਰਦੀ ਨਾਮ ਦਾਨ ਇਸ਼ਨਾਨ ਤਿੰਨ ਗੱਲਾਂ ਹਨ ਵਾਹਿਗੁਰੂ ਦਾ ਨਾਮ ਜਿਹੜਾ ਇਹ ਰਾਜਾ ਦੀ ਨਹੀਂ ਹੈ ਅੰਮ੍ਰਿਤ ਦਾ ਇਸ਼ਨਾਨ ਔਰ ਆਪਣੀ ਨੇਕ ਨੀਤੀ ਕਿਰਤ ਆਦਿ ਵਿੱਚੋਂ ਦਾਨ ਜਥਾ ਸ਼ਕ ਦਾਨ ਜਾਂ ਸੇਵਾ ਇਹ ਜਿਹੜੀ ਹਨ ਇਹ ਅਹਿਲਕਾਰਾਂ ਦੀ ਨਹੀਂ ਹਨ ਤੋ ਇਹ ਮਨ ਨੂੰ ਸ਼ੁੱਧ ਕਰਦੇ ਹਨ ਔਰ ਨਾਮ ਇਕਾਗਰਤਾ ਲਿਆਉਂਦਾ ਹੈ ਸ਼ੁੱਧ ਔਰ ਇਕਾਗਰ ਮਨ ਦੇ ਵਿੱਚ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜੋ ਜਨਮ ਮਨ ਦਾ ਸਾਧਨ ਹੋਇਆ ਕਰਦਾ ਹੈ ਜਨਮ ਬ੍ਰਹਮ ਗਿਆਨ ਤੋਂ ਜਨਮ ਮਨ ਦੀ ਨਿਵਿਰਤੀ ਨਹੀਂ ਦੱਸੀ ਮੋਕਸ਼ ਨਹੀਂ ਦੱਸੀ ਹੈ ਅਤੇ ਪਹਿਲੇ ਸਮਿਆਂ ਦੇ ਵਿੱਚ ਕਠਿਨ ਤਪੱਸਿਆ ਕਰਕੇ ਮਨ ਨੂੰ ਸ਼ੁੱਧ ਕਰਦੇ ਪ੍ਰਾਣਾਯਾਮ ਦੁਆਰਾ ਮਨ ਨੂੰ ਇਕਾਗਰ ਕਰਦੇ ਸਨ ਪਰ ਗੁਰੂ ਬਾਬੇ ਨੇ ਦੱਸਿਆ ਸੇਵਾ ਦਾਨ ਇਸ਼ਨਾਨ ਦੁਆਰਾ ਮਨ ਸ਼ੁੱਧ ਹੁੰਦਾ ਹੈ ਔਰ ਸਿਮਰਨ ਦੇ ਆਸਰੇ ਮਨ ਇਕਾਗਰ ਹੁੰਦਾ ਹੈ ਟਿਕਦਾ ਹੈ ਸ਼ੁੱਧ ਔਰ ਇਕਾਗਰ ਮਨ ਦੇ ਵਿੱਚ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਐਸੇ ਹੁੰਦੀ ਹੈ ਜਿਵੇਂ ਕੱਪੜੇ ਦੀ ਮੈਲ ਨਿਕਲਿਆ ਔਰ ਸੰਧਿਆਈ ਨਿਕਲਿਆ ਉਸਨੂੰ ਸੋਹਣਾ ਰੰਗ ਚੜ ਜਾਂਦਾ ਹੈ ਆਓ ਇਉਂ ਸੌਖਾ ਸਾਧਨ ਗੁਰੂ ਬਾਬੇ ਨੇ ਸਾਨੂੰ ਦੱਸਿਆ ਆਪ ਜੀ ਨੇ ਸਾਰੇ ਚਾਰੇ ਪੈਰ ਧਰਨ ਦੇ ਜਿਹੜੇ ਥਾਂ ਥਾਂ ਫਿਰ ਕੇ ਜਥਾ ਯੋਗ ਸਭ ਨੂੰ ਪੇਸ਼ ਕੀਤਾ ਇੱਥੇ ਸਿੱਧਾਂ ਨੂੰ ਇਹੀ ਕੁਝ ਦੱਸਿਆ ਇਸ ਸਮੇਂ ਦੇ ਵਿੱਚ ਸਿਮਰਨ ਯੋਗ ਹੀ ਸੁਖੈਨ ਹੈ ਜਿਸਨੂੰ ਸਭ ਸਕਣ ਅਤੇ ਆਓ ਗੁਰੂ ਬਾਬਾ ਜੀ ਨੇ ਸਾਰੇ ਗਣੇ ਜਾਤ ਨਾ ਤਾਰੇ ਗਣੇ ਜਾਤ ਹੈ ਅੱਜ ਤੋਂ 500 ਸਾਲ ਪਹਿਲੇ ਅਵਤਾਰ ਧਾਰ ਕੇ ਜਿਤਨੇ ਜੀਵ ਤਾਰਿਆਂ ਦੀ ਗਿਣਤੀ ਹੋਣੀ ਬਹੁਤ ਹੀ ਮਹਾਨ ਹੈ ਬਹੁਤ ਹੀ ਮੁਸ਼ਕਲ ਹੈ ਭਾਵੇਂ ਸਿਤਾਰਿਆਂ ਦੀ ਗਿਣਤੀ ਜੋਤਿਸ਼ ਵਿੱਦਿਆ ਦੁਆਰਾ ਕਈ ਲੋਕ ਕਰ ਸਕਣ ਤਾਂ ਕਰ ਸਕਣ ਪਰ ਜਿਤਨੇ ਜੀਵ ਗੁਰੂ ਬਾਬੇ ਨੇ ਤਾਰੇ ਉਹ ਬਹੁਤ ਹੀ ਮਹਾਨ ਹੈ ਆਪ ਜੀ ਨੇ ਆ ਕੇ ਜਗਜੀਰ ਨੂੰ ਸਾਧਨ ਦੂਰ ਕੀਏ ਜਿਹੜੇ ਸਾਧਨ ਰਾਮੈ ਨਾਮ ਦਿਖਾਏ ਪੁਰਾਣੇ ਸਾਧਨ ਜਿਹੜੇ ਮੌਤ ਕਰਨੇ ਔਖੇ ਸਨ ਉਹਨਾਂ ਦਾ ਖੇੜਾ ਛੁੜਾ ਕੇ ਇੱਕ ਮੁੱਖ ਸਾਧਨ ਪਰਮੇਸ਼ਵਰ ਦੇ ਨਾਮ ਦਾ ਵਾਹਿਗੁਰੂ ਦੇ ਨਾਮ ਦਾ ਇਕਾਂਤ ਬੈਠ ਕੇ ਵੀ ਚੱਲਦੇ ਫਿਰਦੇ ਵੀ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਇਉਂ ਗੁਰੂ ਬਾਬਾ ਜੀ ਨੇ ਸਾਡੇ 'ਤੇ ਅਪਾਰ ਕਿਰਪਾ ਕੀਤੀ ਹੈ ਕਲਯੁਗੀ ਜੀਵਨ 'ਤੇ ਫਿਰ ਪਹਿਲੇ ਸਮਿਆਂ ਵਿੱਚ ਵੇਦ ਬਾਣੀ ਹੁੰਦੀ ਬੜੀ ਮੁਸ਼ਕਲ ਸੀ ਸੰਸਕ੍ਰਿਤ ਵਿੱਦਿਆ ਜਿਹੜੀ ਹੈ ਇੰਗਲਿਸ਼ ਨਾਲੋਂ ਵੀ ਬਹੁਤ ਔਖੀ ਉਸਨੂੰ ਕੋਈ ਤੇਜ਼ ਦਿਮਾਗ ਵਾਲਾ ਦੇਣ ਕਰ ਸਕਦਾ ਸੀ ਫਿਰ ਕਿਤਨਾ ਸਮਾਂ ਲੱਗਦਾ ਸੀ ਬਹੁਤ ਵਕਤ ਲੱਗਦਾ ਸੀ ਪਹਿਲੇ ਉਸਨੂੰ ਅਧਿਐਨ ਕਰਨਾ ਕਾਫੀ ਸਮੇਂ ਦੇ ਵਿੱਚ ਉਸਨੂੰ ਖਰੇ ਕਰ ਵੀ ਨਹੀਂ ਸਕਦਾ ਸੀ ਤੇਜ਼ ਬੁੱਧ ਵਾਲਾ ਵੀ ਹੁੰਦਾ ਸੀ ਫਿਰ ਉਸ ਤੋਂ ਬਾਅਦ ਉਸ 'ਤੇ ਅਮਲ ਕਰਨਾ ਇੰਨੀ ਉਮਰਾਂ ਨਹੀਂ ਕਲਯੁਗ ਦੇ ਵਿੱਚ ਜਿਸ ਕਰਕੇ ਆਪਣੇ ਮੋਕਸ਼ ਰੂਪੀ ਕਾਰਜ ਨੂੰ ਸਿੱਧ ਕਰ ਸਕਣ ਗੁਰੂ ਜੀ ਨੇ ਗੁਰਬਾਣੀ ਸੁਖੈਨ ਭਾਸ਼ਾ ਦੇ ਵਿੱਚ ਦੱਸ ਦਿੱਤੀ ਪ੍ਰੇਮ ਨਾਲ ਇਸਦਾ ਪਾਠ ਕਰੇ ਯਾਨੀ ਜਲਦੀ ਹੀ ਬਾਣੀ ਦਾ ਪਾਠੀ ਹੋ ਸਕਦਾ ਹੈ ਉਸਨੂੰ ਸਮਝ ਕੇ ਗੁਰਬਾਣੀ ਸੌਖੀ ਤੇ ਸੌਖੀ ਵੀ ਹੈ ਮੁਸ਼ਕਲ ਤੇ ਮੁਸ਼ਕਲ ਵੀ ਹੈ ਮੁਸ਼ਕਲ ਤਾਂ ਇਹੋ ਜਿਹੀ ਬੜੇ ਬੜੇ ਵਿਦਵਾਨ ਵੀ ਚੱਕਰ ਰਹਿ ਜਾਂਦੇ ਹਨ
ਸੁਖਨ ਇਹ ਜੀ ਹੈ, ਅਧਿਕਾਰੀ ਸ਼ੌਕ ਵਾਲਾ ਹੋਣਾ ਚਾਹੀਦਾ, ਹਰੇਕ ਹੀ ਸਮਝ ਸਕਦਾ ਹੈ, ਇਸ ਤੋਂ ਫਾਇਦਾ ਉਠਾ ਸਕਦਾ ਹੈ। ਤਾਂ ਤੇ ਇਸ ਛੋਟੀ ਜਿਹੀ ਉਮਰ, ਜਿੰਨੀਆਂ ਛੋਟੀ ਛੋਟੀ ਉਮਰਾਂ ਹਨ ਕਲਯੁਗੀ ਜੀਵਾਂ ਦੀਆਂ, ਤਾਂ ਗੁਰੂ ਜੀ ਨੇ ਸਾਨੂੰ ਉਸ ਇਤਨੀ ਉਮਰ ਦੇ ਵਿੱਚ ਹੀ ਮੁਕਤ ਰੂਪੀ ਕਾਰਜ ਸਿੱਧ ਕਰਨ ਵਾਸਤੇ ਉਹੀ ਸੌਖੇ ਅਸੂਲ ਦੱਸ ਦਿੱਤੇ ਹਨ। ਬਾਣੀ ਦਾ ਪਾਠ ਹੈ, ਬਾਣੀ ਦਾ ਕੀਰਤਨ ਹੈ, ਨਾਮ ਦਾ ਸਿਮਰਨ ਹੈ, ਜਿਹਨੂੰ ਹਰੇਕ ਕਰਤਵਿਆਂ ਤੇ ਗੁਰੂ ਜੀ ਨੇ ਸੌਖਾ ਸਾਧਨ ਸਾਨੂੰ ਦੱਸਿਆ।